ਅਸਲਾਮ ਵਾਲੇਕਮ ਜੀ ਤੁਸੀਂ ਦੇਖਦੇ ਹੋ ਤਾਂ YouTube ਚੈਨਲ ਐਗਰੀ ਖਾਨੇਵਾਲ 108 ਮੁਹੰਮਦ ਇਮਰਾਨ ਤੁਹਾਨੂੰ ਅੱਜ ਦਿਖਾਉਂਦਾ ਪਿਆ ਮਸੰਮੀਆਂ ਦੇ ਬੂਟੇ ਮਸੰਮੀਆਂ ਦਾ ਬਾਗ ਹੈ ਤਕਰੀਬਨ 15 ਏਕੜ ਚ ਲੱਗਾ ਹੋਇਆ ਵਾ ਦੇਖੋ ਮਾਸ਼ਾਅੱਲਾ ਸੋਹਣੇ ਆ ਔਰ ਖਰਾਕ ਵੀ ਮਾਸ਼ਾਅੱਲਾ ਚੰਗੀ ਪਾਈ ਹੋਈ ਹੈ ਕਿੰਨੂ ਵਿੱਚ ਲੱਗਿਆ ਹੋਇਆ ਵਿੱਚ ਮਸੰਮੀ ਵੀ ਲੱਗਿਆ ਹੋਇਆ ਮਸਮੀ ਦੇਖੋ ਮਾਸ਼ਾਅੱਲਾ ਸਾਇ ਮਸਮੀ ਦਾ ਇਹ ਤਕਰੀਬਨ 15 ਏਕੜਾ 15 ਏਕੜਾਂ ਦੇ ਵਿੱਚ ਸਾਰਾ ਹੀ ਮਸਮੀ ਟੋਟਲੀ ਹਾਲ ਟੂ ਆ ਰਿਹਾ 15 ਏਕੜਾ ਉਹ علیحدਾ ਉਹਦੇ ਵਿੱਚ ਕਿੰਨੂ ਆ ਕਿੰਨੂ ਤੇ ਕੋਈ 7-8 ਕਿੱਲੇ ਜਿਹੜਾ ਫਲੂਟਰ ਆ ਉਸ ਤੋਂ ਬਾਅਦ ਤੁਹਾਨੂੰ ਹੁਣ ਦੱਸਦਾ ਇਹਨੂੰ ਕਿਹੜੀ ਸ਼ੈ ਪਾਈ ਹੈ ਕਿਹੜੀ ਸ਼ੈ ਨਹੀਂ ਪਾਈ ਇਹਨੂੰ 2 ਕਿਲੋ ਡੀਏਪੀ ਪਾਈ ਗਈ ਹੈ ਫੀ ਪੌਦੇ ਨੂੰ ਬੂਟੇ ਨੂੰ ਤੇ ਨਾਲ ਅੱਧਾ ਕਿਲੋ ਫੋਮੀਓਕਸਟ ਪਾਇਆ ਗਿਆ ਵਾ ਮਾਸ਼ਾਅੱਲਾ ਬੂਟਿਆਂ ਦਾ ਰੰਗ ਦੇਖੋ ਸੋਹਣੇ ਬੂਟੇ ਅੱਲਾ ਮੀਆਂ ਦੀ ਕਿਸਮ ਚੁਕਰ ਤੇ ਦੋ ਦਫਾ ਇਹਨਾਂ ਨੂੰ ਸਪਰੇਅ ਕੀਤੀ ਹੈ ਸਪਰੇਅ ਕੀਤੀ ਆ ਕਿ ਇੱਕ ਤਾਂ ਕੇਰੇ ਵਾਲੀ ਕੀਤੀ ਆ ਇਹ ੜੀ ਵਜਾ ਤੋਂ ਬੂਟਿਆਂ ਨੂੰ ਕੇਰਾ ਪੈ ਜਾਂਦਾ ਉਸ ਤੋਂ ਬਾਅਦ ਤੇਲੇ ਵਾਲੀ ਇੱਕ ਦਫਾ ਕੀਤੀ ਹੈ ਦੇਖੋ ਮਾਸ਼ਾਅੱਲਾ ਸੋਹਣੇ ਖੜੇ ਇਹ ਸਾਰਾ ਹੀ ਮਸੰਮੀ ਹੈ ਤਕਰੀਬਨ ਟੋਟਲ ਹੀ ਹੁਣ ਤੁਹਾਨੂੰ ਦਿਖਾਉਂਦਾ ਮੈਂ ਜਾ ਕੇ ਕਿਨੂ ਆ ਕਿਨੂ ਆ ਦਾ ਬਾਗ ਹੈ ਕਿੰਨੂ ਦਾ ਸੈਜ਼ ਵੀ ਮਾਸ਼ਾਅੱਲਾ ਸੋਹਣਾ ਦਾਣਾ ਚੰਗਾ ਮੋਟਾ ਬਣਿਆ ਹੋਇਆ। ਲੇਕਿਨ ਖਰਾਕ ਦੇ ਸਿਰ ਤੇ ਆ ਖਰਾਕ ਤੋਂ ਬਗੈਰ ਕੋਈ ਸ਼ੈਅ ਨਹੀਂ। ਖਰਾਕ ਨਾ ਪਾਓ ਬੂਟੇ ਸੁੱਕਦੇ ਰਹਿੰਦੇ ਆ। ਬੂਟੇ ਕਮਜ਼ੋਰ ਹੋ ਜਾਂਦੇ ਆ। ਮਾਲਟਾ ਜਿਹੜਾ ਵਾ ਉਹ ਮੋਟਾ ਨਹੀਂ ਹੁੰਦਾ। ਦੇਖੋ ਮਾਸ਼ਾਅੱਲਾ ਮੋਤੀਆਂ ਵਾਂਗੂ ਫੜ ਲੱਗਾ ਹੋਇਆ ਬੂਟਿਆਂ ਨੂੰ। ਆ ਦੇਖੋ। ਇਹਨਾਂ ਨੂੰ ਵੀ ਦੋ ਦਫਾ ਸਪਰੇਅ ਕੀਤੀ ਗਈ ਹੈ। ਕੇਰੇ ਵਾਲੀ ਇੱਕ ਦਫਾ ਕੀਤੀ ਆ। ਇੱਕ ਦਫਾ ਜਿਹੜੀ ਆ ਤੇਲੇ ਵਾਲੀ ਕੀਤੀ ਆ ਬੂਟੇ ਸੁੱਕਣ ਤੋਂ ਕੋ ਚੂਨਾ ਸ਼ੂਨਾ ਵੀ ਮਾਰਿਆ ਗੋਡੀਆਂ ਵੀ ਕੀਤੀਆਂ ਵਾ ਸੋਹਣੇ ਬੂਟੇ ਖੜਿਆ ਇਹ ਤਕਰੀਬਨ ਇਹ 10 ਕਿੱਲੇ ਜਿਹੜੇ ਆ ਇਹ ਸਾਰੇ ਕਿੰਨੂ ਖੜਾ ਆ ਆ ਦੇਖ YouTube ਚੈਨਲ ਐਗਰੀ ਖਾਨੇਵਾਲ 108 ਦੇ ਨਾਮ ਤੁਰ ਰੱਖਿਆ ਗਿਆ ਤੇ ਉਸ ਤੋਂ ਬਾਅਦ ਸਬਸਕ੍ਰਾਈਬ ਵੀ ਕਰਾ ਕਰੋ ਲਾਈਕ ਵੀ ਕਰਾ ਕਰੋ ਫੋਲੋ ਵੀ ਕਰਾ ਕਰੋ ਤੇ ਕਮੈਂਟ ਦੇ ਵਿੱਚ لازمی ਦੱਸਿਆ ਕਰੋ ਕਿ ਇਹ ਤੇਰੀ ਗਲਤੀ ਹੈ ਕਿ ਤਾਈਏ ਦੂਰ ਕਰ ਅੱਲਾਹ ਹਾਫਿਜ਼